ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ? ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ। ਵੈਲਕਮ ਬੈਕ ਅਨਦਰ ਵਲੋਗ। ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ। ਤੇ ਅੱਜ ਕੰਮ ਸ਼ੁਰੂ ਹੋ ਗਿਆ ਹੋਇਆ ਤੇ ਉਸਤਾਦ ਮੁਜ਼ਫਰਾਬਾਦ ਚਲਾ ਗਿਆ। ਅੱਜ ਸਾਰੀ ਜ਼ਿੰਮੇਦਾਰੀ ਮੇਰੇ ਤੇ ਹੈਗੀ ਹੈ ਤੇ ਮੈਂ ਕੰਮ ਕਰਵਾਉਣੇ ਨੇ ਤੇ ਕੰਮ ਸ਼ਾਮ ਹੋ ਰਹੇ ਨੇ। ਅੱਜ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੋਇਆ, ਅੱਜ ਜਲਦੀ ਖਤਮ ਹੋ ਜਾਏਗਾ ਕਿਉਂਕਿ ਉਸਤਾਦ ਚਲਾ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਜ਼ਿੰਮੇਦਾਰੀ ਨਿਭਾਉਣੀ ਬਹੁਤ ਜ਼ਰੂਰੀ ਹੈਗੀ ਸੀ ਤੇ ਇਸ ਵਜ੍ਹਾ ਤੋਂ ਹੁਣ ਕੰਮ ਸ਼ੁਰੂ ਕਰ ਦਿੱਤਾ। ਤੂੰ ਮਕਰੋਨੀ ਕਿਉਂ ਨੀ ਕੱਢ ਰਿਹਾ? ਪਾਣੀ ਗਾ ਹੋਣ ਲੱਗਾ, ਸਾਬ ਕੱਢਾਂ ਲੱਗਾ। ਜਲਦੀ ਕਰ ਦੇ, ਇੱਥੇ ਵਿਕਾਸ ਸੇਬ ਮੰਗਾਇਆ। ਸੇਬ ਸੈਟਅਪ ਸਾਰਾ ਅਲਹਮਦੁਲਿਲਾ ਸਾਰਾ ਕੰਪਲੀਟ ਹੋ ਗਿਆ ਹੋਇਆ ਤੇ ਗਲਾਸ ਚਮਚ ਪਲੇਟ ਹਰ ਸ਼ਾਇ ਓਕੇ ਹੈਗੀ ਹੈ। ਸੈਟਅਪ ਸਾਰਾ ਓਕੇ ਹੋਇਆ ਪਿਆ ਤੇ ਲਾਈਟਾਂ ਥੋੜੀਆਂ ਘੱਟ ਹੈਗੀਆਂ ਨੇ, ਲਾਈਟਾਂ ਹਾਲੇ ਘੱਟ ਹੈਗੀਆਂ ਨੇ ਕਿਉਂਕਿ ਟਾਈਮ ਰਹਿੰਦਾ ਹੈਗਾ ਮਹਿਮਾਨਾਂ ਦੇ ਆਉਣ ਤੇ ਫਿਰ ਲਾਈਟਾਂ ਔਨ ਹੋਣਗੀਆਂ, ਏਸੀ ਔਨ ਹੋਣਗੇ ਤੇ ਹਾਲੇ ਫਿਰ ਲਾਈਟ ਬੰਦ ਕੀਤੀ ਹੋਈ ਹੈ ਤੇ ਹੁਣ ਥੋੜ੍ਹੀ ਦੇਰ ਤੱਕ ਮਹਿਮਾਨ ਆਉਣਾ ਸ਼ੁਰੂ ਹੋ ਜਾਣਗੇ ਤੇ ਉਸ ਤੋਂ ਬਾਅਦ ਸਾਰੀਆਂ ਲਾਈਟਾਂ ਤੇ ਏਸੀ ਔਨ ਹੋ ਜਾਣਗੇ। ਚੈੱਕ ਕਰੋ ਪਬਜੀ ਦਾ ਪਲੇਅਰ, ਸਾਰਾ ਦਿਨ ਇਹਨੂੰ ਪਬਜੀ ਤੋਂ ਇਲਾਵਾ ਕੋਈ ਕੰਮ ਨਹੀਂ ਹੈਗਾ। ਨਹੀਂ ਮੈਨੂੰ ਇਹ ਦੱਸ ਨਾ, ਤੈਨੂੰ ਹੋਰ ਕੋਈ ਕੰਮ ਹੈਗਾ ਪਬਜੀ ਤੋਂ ਇਲਾਵਾ? ਵਜ੍ਹਾ ਆਉਣ ਲਈ ਪਬਜੀ? ਆਉਣ ਲਈ ਪਬਜੀ ਤੇ ਚਿਕਨ ਬਟਰ ਖਾਧੀ? ਇਹ ਬੱਚਾ ਸਾਰਾ ਦਿਨ ਪਬਜੀ ਖੇਡਦਾ ਰਹਿੰਦਾ ਤੇ ਅੱਗੇ ਦੋ ਬੱਚੇ ਬੈਠੇ ਹੈਗੇ ਨੇ,